ਧੀਆਂ ਨੂੰ ਕੁੱਖ ਦੇ ਵਿੱਚ ਕਤਲ ਕਰਾਉਣ ਵਾਲੇ ਜਾਂ ਫਿਰ ਜੰਮਣ ਤੋਂ ਬਾਅਦ ਬੇਸਹਾਰਾ ਛੱਡਣ ਵਾਲੇ ਲੋਕਾਂ ਦੇ ਲਈ ਅੱਜ ਦੀ ਕਹਾਣੀ ਇੱਕ ਸੰਦੇਸ਼ ਦੇਵੇਗੀ। ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਵਿੱਚ ਮੌਜੂਦ ਆ, ਜਿੱਥੇ ਇੱਕ ਨਹੀਂ ਸੈਂਕੜੇ ਉਹਨਾਂ ਧੀਆਂ ਨੂੰ ਸੰਭਾਲਿਆ ਜਾ ਰਿਹਾ ਜਿਨ੍ਹਾਂ ਦੇ ਮਾਪਿਆਂ ਨੇ 84 ਦੇ ਦੌਰਾਨ 84 ਦੇ ਦੁਖਾਂਤ ਦੇ ਵਿੱਚ ਨਾ ਸਿਰਫ ਸ਼ਹੀਦੀਆਂ ਦਿੱਤੀਆਂ ਬਲਕਿ ਆਪਣੀ ਪੂਰੀ ਜੀਵਨ ਜਿਹੜਾ ਉਹ ਸ਼ਹੀਦਾਂ ਦੇ ਬੱਚਿਆਂ ਦੇ ਲੇਖੇ ਲਗਾ ਦਿੱਤਾ। ਬਿਲਕੁਲ, ਇਹਨਾਂ ਵਿੱਚੋਂ ਕਾਫੀ ਸਾਰੀਆਂ ਬੱਚੀਆਂ ਨੇਗੀਆਂ ਜਿਨ੍ਹਾਂ ਨੂੰ ਸਿਰਫ ਇਸ ਕਰਕੇ ਉਹਨਾਂ ਦੇ ਮਾਪਿਆਂ ਨੇ ਛੱਡ ਦਿੱਤਾ ਕਿ ਉਹ ਧੀਆਂ ਨੇਗੀਆਂ, ਕਿਉਂਕਿ ਉਹ ਪੁੱਤਰ ਦੀ ਲਾਲਸਾ ਦੇ ਵਿੱਚ ਲੜਕੀ ਨੂੰ ਨਹੀਂ ਸੀ ਰੱਖਣਾ ਚਾਹੁੰਦੇ ਆਪਣੇ ਘਰਾਂ ਦੇ ਵਿੱਚ। ਤਾਂ ਇੱਕ ਇੱਕ ਦੋ ਦੋ ਦਿਨ ਦੀਆਂ ਕਾਫੀ ਸਾਰੀਆਂ ਬੱਚੀਆਂ ਜਿਹੜੀਆਂ ਨੇਗੀਆਂ ਉਹ ਇਸ ਫਲਵਾੜੀ ਦੇ ਵਿੱਚ ਵੱਡੀਆਂ ਹੋ ਰਹੀਆਂ ਨੇਗੀਆਂ। 1989 ਨੂੰ ਮੈਂ ਸਿੱਖ ਸੰਘਰਸ਼ ਵਿੱਚ ਸ਼ਾਮਿਲ ਹੁੰਦੀ ਹਾਂ ਔਰ 1992 ਨੂੰ ਮੈਨੂੰ ਅਰੈਸਟ ਕਰ ਲਿਆ ਜਾਂਦਾ ਹੈਗਾ। ਉਸ ਤੋਂ ਬਾਅਦ ਫਿਰ 1992 ਤੋਂ ਲੈ ਕੇ 1996 ਤੱਕ ਮੈਂ ਸੰਗਰੂਰ ਜੇਲ੍ਹ ਕੱਟੀ ਆ। ਕਾਫੀ ਸਾਰੇ ਜਿਹੜੇ ਕੇਸ ਸੀਗੇ ਉਹਨਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ। ਫਿਰ ਕਿਵੇਂ, ਉਸ ਸਮੇਂ ਤਾਂ ਬੜਾ ਔਖਾ ਦੌਰ ਹੋਊਗਾ, ਉਸ ਸਮੇਂ ਵੀ ਬਾਹਰ ਆ ਕੇ ਫਾਈਨੈਂਸ਼ੀਅਲੀ ਤਾਂ ਲੁੱਟ ਪਈ। ਬਹੁਤ ਹੀ ਜ਼ਿਆਦਾ ਮੁਸ਼ਕਲ ਦੌਰ ਸੀਗਾ, ਕਿਸੇ ਨੇ ਸਹਿਯੋਗ ਤਾਂ ਦੇਣਾ ਦੂਰ ਦੀ ਗੱਲ, ਕੋਈ ਨਾਮ ਹੀ ਲੈਣ ਨੂੰ ਤਿਆਰ ਨਹੀਂ ਸੀਗਾ। ਪੰਜਾਬ ਨੂੰ ਇੰਨਾ ਜ਼ਿਆਦਾ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਇੱਕ ਵੀ ਕੋਈ ਇਹੋ ਜਿਹਾ ਇਨਸਾਨ ਨਹੀਂ ਮਿਲਿਆ ਜਿਹਨੇ ਸਾਡੀ ਹੌਸਲਾ ਅਫਜਾਈ ਕੀਤੀ ਹੋਏ। ਸਿਰਫ ਮੇਰੇ ਫਾਦਰ ਸਾਹਿਬ ਹੀ ਜਿਨ੍ਹਾਂ ਨੇ ਇਹ ਹੌਸਲਾ ਅਫਜਾਈ ਹਮੇਸ਼ਾ ਕਰਦੇ ਰਹੇ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਜੇਲ੍ਹ ਦੇ ਵਿੱਚ ਗਏ ਕਿਉਂ ਸੀਗੇ? ਜਦੋਂ ਸਰਕਾਰਾਂ ਦੇ ਖਿਲਾਫ ਬਗਾਵਤ ਕਰਾਂਗੇ ਤਾਂ ਫਿਰ ਜੇਲ੍ਹਾਂ ਠਾਣੇ, ਉਹ ਤਾਂ ਨੈਚੁਰਲੀ ਚੀਜ਼ਾਂ ਨੇਗੀਆਂ, ਉਹ ਤਾਂ ਹੋਣੀਆਂ ਹੀ ਸੀਗੀਆਂ। ਕਾਫੀ ਸਾਰੇ ਕੇਸ ਸੀਗੇ ਮੇਰੇ ਦੇ ਉੱਤੇ। ਟਾਡਾ ਦੀ ਮੇਰੇ ਖਿਆਲ ਕੋਈ ਵੀ ਅਜਿਹੀ ਧਾਰਾ ਨਹੀਂ ਬਚੀ ਹੋਏਗੀ ਜਿਸ ਨੂੰ ਮੈਂ ਆਪਣੇ ਪਿੰਡੇ 'ਤੇ ਨਹੀਂ ਹੰਡਾਇਆ ਹੈਗਾ। ਮੈਂ ਆਪਣੇ ਫਾਦਰ ਸਾਹਿਬ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਇਸ ਟਾਈਮ ਜਿਹੜੇ ਕੌਮ ਨੂੰ ਸਿਰਾਂ ਦੀ ਲੋੜ ਹੈ ਅਤੇ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਸ਼ਹਾਦਤਾਂ ਦੇ ਰਹੇ ਨੇ, ਤਾਂ ਤੁਹਾਨੂੰ ਰੱਬ ਨੇ 6 ਧੀਆਂ ਦਿੱਤੀਆਂ ਨੇਗੀਆਂ, ਤਾਂ ਤੁਸੀਂ ਆਪਣੀ ਇੱਕ ਧੀ ਜਿਹੜੀ ਹੈਗੀ ਆਪਣੇ ਹੱਥੀਂ ਕੌਮ ਨੂੰ ਸੌਂਪ ਦਿਓ। ਫਿਰ ਸ਼ੁਰੂਆਤ ਦੇ ਵਿੱਚ ਜਿਹੜੇ 84-84 ਦੇ ਜਿਹੜੇ ਸ਼ਹੀਦ ਸੀਗੇ ਜਾਂ ਉਹਨਾਂ ਪਰਿਵਾਰਾਂ ਨੇ ਜਿਹਨਾਂ ਨੇ ਸੰਦਾਪ ਬਣਾਇਆ, ਉਹਨਾਂ ਦੇ ਬੱਚਿਆਂ ਤੋਂ ਸ਼ੁਰੂਆਤ ਕੀਤੀ ਪੜ੍ਹਾਉਣ ਦੀ, ਸਾਂਭਣ ਦੀ? ਕਿ ਮੇਨ ਨਿਸ਼ਾਨਾ ਹੀ ਉਹਨਾਂ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਸੀ ਅਤੇ ਉਹਨਾਂ ਤੋਂ ਹੀ ਸ਼ੁਰੂਆਤ ਕੀਤੀ। ਸਟਾਰਟਿੰਗ ਵਿੱਚ 15-20 ਬੱਚਿਆਂ ਤੋਂ ਅਸੀਂ ਜਿਹੜੇ ਹੈਗੀ ਆ ਸ਼ੁਰੂਆਤ ਕੀਤੀ, ਫਿਰ ਹੌਲੀ ਹੌਲੀ ਬੱਚੇ ਜਿਹੜੇ ਵੱਧਦੇ ਗਏ। ਸਭ ਤੋਂ ਪਹਿਲਾਂ ਬੱਚੀ ਅਗਮਜੋਤ ਜਿਹੜੀ ਇਸ ਟਾਈਮ 10-11 ਸਾਲਾਂ ਦੀ ਹੋ ਗਈ ਆ, ਉਸ ਦੀ ਮਦਰ ਜਿਹੜੀ ਆ ਉਸਨੇ ਮੈਨੂੰ ਦੱਸਿਆ ਕਿ ਮੈਂ ਹੋਸਪਿਟਲ ਆਉਣਾ ਹੈ ਔਰ ਮੈਂ ਤੁਹਾਨੂੰ ਵੀ ਮਿਲ ਕੇ ਜਾਵਾਂਗੀ। ਅਤੇ ਮੈਂ ਉਹਨੂੰ ਪੁੱਛਿਆ ਕਿ ਹੋਸਪਿਟਲ ਕੋਈ ਬਿਮਾਰ ਹੈ ਜਾਂ ਕਿੱਦਾਂ ਹੈ, ਫਿਰ ਉਹਨੇ ਮੈਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਚੈੱਕਅਪ ਕਰਾਉਣਾ ਹੈਗਾ ਵਾ, ਅਗਰ ਲੜਕੀ ਹੋਈ ਤਾਂ ਅਸੀਂ ਨਹੀਂ ਰੱਖਣੀ ਹੈਗੀ। ਇਹ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਇੱਕਦਮ ਧੱਕਾ ਲੱਗਿਆ ਇਸ ਗੱਲ ਨੇ ਕਿ ਅਗਰ ਲੜਕੀ ਹੋਈ ਤਾਂ ਤੁਸੀਂ ਕੁੱਖ ਵਿੱਚ ਹੀ ਮਾਰ ਦੇਣੀ ਆ। ਤਾਂ ਮੈਂ ਫਿਰ ਉਸ ਨਾਲ ਗੱਲ ਕੀਤੀ ਕਿ ਤੁਸੀਂ ਇਹ ਕੰਮ ਨਾ ਕਰੋ, ਅਗਰ ਲੜਕੀ ਹੋਈ ਤਾਂ ਮੈਨੂੰ ਦੇ ਦੇਣੀ, ਲੜਕਾ ਹੋਇਆ ਤਾਂ ਤੁਸੀਂ ਰੱਖ ਲੈਣਾ। ਜਿਵੇਂ ਆਮ ਘਰਾਂ ਵਿੱਚ ਬੱਚਿਆਂ ਨੂੰ ਇੰਟਰਟੇਨਮੈਂਟ ਦੀ ਜ਼ਰੂਰਤ ਹੁੰਦੀ ਆ, ਇੱਥੇ ਵੀ ਬੱਚਿਆਂ ਨੂੰ ਇੰਟਰਟੇਨਮੈਂਟ ਦੀ ਲੋੜ ਹੁੰਦੀ ਆ। ਤਾਂ ਸੰਗਤਾਂ ਨੇ ਬੱਚਿਆਂ ਦੇ ਲਈ ਇੱਕ ਪ੍ਰੋਜੈਕਟਰ ਰੂਮ ਜਿਹੜਾ ਉਹ ਬਣਵਾ ਕੇ ਦਿੱਤਾ ਹੈਗਾ ਔਰ ਸੰਡੇ ਵਾਲੇ ਦਿਨ ਅਸੀਂ ਕੋਈ ਨਾ ਕੋਈ ਬੱਚਿਆਂ ਨੂੰ ਜਿਹੜੀ ਧਾਰਮਿਕ ਫਿਲਮ ਵਗੈਰਾ ਉਹ ਦਿਖਾਈ ਜਾਂਦੀ ਹੈ। ਫਿਰ ਵੀ ਤਾਂ ਇਹਦੇ ਉੱਤੇ ਪੜ੍ਹਾਈ ਦੇ ਉੱਤੇ ਬੱਚਿਆਂ ਦੇ ਕੱਪੜੇ ਲੀੜੇ ਦੇ ਉੱਤੇ ਜਾਂ ਜੋ ਕੋਈ ਟੀਚਰ ਵੀ ਆਉਂਦਾ ਤਾਂ ਜਾਂ ਪ੍ਰੋਜੈਕਟ ਵੀ ਚੱਲ ਰਹੇ ਨੇ, ਬਿਜਲੀ ਦਾ ਬਿੱਲ ਵੀ ਆਉਂਦਾ, ਉਹ ਕਿਵੇਂ ਮੈਨੇਜ ਹੁੰਦਾ ਜੀ? ਮੇਰੀਆਂ 5-6 ਬੱਚੀਆਂ BSc ਨਰਸਿੰਗ ਕਰ ਰਹੀਆਂ ਨੇ, ਇੱਕ ਬੱਚੀ ਦਾ 1.5-1.5 ਲੱਖ ਰੁਪਈਆ ਖਰਚਾ ਹੈ। ਕੁਝ ਬੱਚੀਆਂ ਜਿਵੇਂ ਲਾ ਕਰ ਰਹੀਆਂ ਨੇ ਉਹਨਾਂ ਦੀ ਵੀ ਫੀਸ 1 ਲੱਖ ਰੁਪਏ ਤੋਂ, ਸਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ। ਕਈ ਵਾਰੀ ਉਤਰਾਅ ਚੜ੍ਹਾਅ ਜ਼ਰੂਰ ਆਉਂਦੇ ਨੇ, ਉਹ ਘਰਾਂ ਵਿੱਚ ਵੀ ਹੁੰਦੇ ਨੇਗੇ, ਪਰ ਫਿਰ ਵੀ ਕੁੱਲ ਮਿਲਾ ਕੇ ਗੁਰੂ ਦੇ ਆਸਰੇ ਦੇ ਨਾਲ ਇਹ ਸੰਸਥਾ ਜਿਹੜੀ ਆ ਇਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਅੱਗੇ ਤੋਰ ਰਹੀ ਹੈ। ਸਰਕਾਰ ਦੇ ਪੱਖੋਂ ਗੱਲ ਕਰਾਂ, ਸਰਕਾਰ ਦਾ ਵੀ ਨੰਬਰ ਚਲੋ ਮੈਂ ਕਹਿੰਦਾ ਵੀ ਬਾਅਦ 'ਚ ਆਉਂਦਾ, ਉਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਜਾਂ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਹੈਗੀਆਂ ਨੇ ਜਿਹਨਾਂ ਕੋਲ ਵਾਕਈ ਪਾਵਰ ਹੈਗੀ ਆ ਜਾਂ ਵਾਕਈ ਫਾਈਨੈਂਸ਼ੀਅਲੀ ਤੌਰ 'ਤੇ ਇੰਨੀਆਂ ਸਟਰੋਂਗ ਹੈਗੀਆਂ ਨੇ ਵੀ ਜਿਹੜੀਆਂ ਖਾਸ ਤੌਰ ਦੇ ਉੱਤੇ ਉਹਨਾਂ ਬੱਚੀਆਂ ਦੀ ਸਾਰ ਲੈਣ ਜਿਨ੍ਹਾਂ ਦਾ ਕੋਈ ਵੀ ਨਹੀਂ, ਕੋਈ ਆਉਂਦਾ ਅੱਗੇ ਮਦਦ ਕਰਨ? ਬਿਲਕੁਲ ਜੀ, ਨਾ ਤਾਂ ਦਿੱਲੀ ਕਮੇਟੀ ਨੇ ਕੋਈ ਸਾਡੀ ਹੈਲਪ ਕੀਤੀ ਹੈ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਪਰੋਚ ਕਰਨ ਦੇ ਬਾਵਜੂਦ ਵੀ ਦੋਨਾਂ ਕਮੇਟੀਆਂ ਦੇ ਵੱਲੋਂ ਸਾਨੂੰ ਬਿਲਕੁਲ ਕੋਰਾ ਜਵਾਬ ਦਿੱਤਾ ਗਿਆ ਹੈ।
ਅਤੇ ਉਹਨਾਂ ਨੇ ਸਾਡੀਆਂ ਐਪਲੀਕੇਸ਼ਨਾਂ ਰਿਜੈਕਟ ਕਰ ਦਿੱਤੀਆਂ ਨੇ। ਕੋਈ ਵੀ ਹੈਲਪ ਜਿਹੜੀ ਆ ਉਹ ਇਸ ਸੰਸਥਾ ਦੀ ਨਹੀਂ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਖਵਿੰਦਰ ਸਿੰਘ। ਧੀਆਂ ਨੂੰ ਕੁੱਖ ਦੇ ਵਿੱਚ ਕਤਲ ਕਰਾਉਣ ਵਾਲੇ ਜਾਂ ਫਿਰ ਜੰਮਣ ਤੋਂ ਬਾਅਦ ਬੇਸਹਾਰਾ ਛੱਡਣ ਵਾਲੇ ਲੋਕਾਂ ਦੇ ਲਈ ਅੱਜ ਦੀ ਕਹਾਣੀ ਇੱਕ ਸੰਦੇਸ਼ ਦੇਵੇਗੀ। ਅੱਜ ਅਸੀਂ ਅੰਮ੍ਰਿਤਸਰ ਦੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਵਿੱਚ ਮੌਜੂਦ ਹਾਂ, ਜਿੱਥੇ ਇੱਕ ਨਹੀਂ ਸੈਂਕੜੇ ਉਹਨਾਂ ਧੀਆਂ ਨੂੰ ਸੰਭਾਲਿਆ ਜਾ ਰਿਹਾ ਜਿਨ੍ਹਾਂ ਦੇ ਮਾਪਿਆਂ ਨੇ 84 ਦੇ ਦੁਖਾਂਤ ਦੇ ਵਿੱਚ ਨਾ ਸਿਰਫ ਸ਼ਹੀਦੀਆਂ ਦਿੱਤੀਆਂ ਬਲਕਿ ਆਪਣੀ ਪੂਰੀ ਜੀਵਨ ਜਿਹੜਾ ਉਹ ਸ਼ਹੀਦਾਂ ਦੇ ਬੱਚਿਆਂ ਦੇ ਲੇਖੇ ਲਗਾ ਦਿੱਤਾ। ਇੰਨਾ ਹੀ ਨਹੀਂ, ਅੱਜ ਉਹਨਾਂ ਦੇ ਬੱਚੇ ਵੀ ਇੱਥੇ ਪੜ੍ਹ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਜਾਂ ਤਾਂ ਫਿਰ ਘਰ ਤੋਂ ਬਾਹਰ ਛੱਡ ਕੇ ਚਲੇ ਗਏ ਜਾਂ ਫਿਰ ਕਈ ਵਾਰ ਸਿੱਧਾ ਇਹਨਾਂ ਨੂੰ ਦੇ ਕੇ ਚਲੇ ਗਏ ਕਿ ਅਸੀਂ ਇਹਨਾਂ ਧੀਆਂ ਨੂੰ ਨਹੀਂ ਅਪਣਾ ਸਕਦੇ। ਸਾਡੇ ਨਾਲ ਭੈਣ ਜੀ ਸੰਦੀਪ ਕੌਰ ਮੌਜੂਦ ਰਹਿਣਗੇ, ਸਾਰੀ ਗੱਲਬਾਤ ਕਰਾਂਗੇ ਔਰ ਇਸ ਟਰੱਸਟ ਦੇ ਪ੍ਰਬੰਧਾਂ ਦੇ ਬਾਰੇ ਖਾਸ ਤੌਰ ਦੇ ਉੱਤੇ ਜਾਣਕਾਰੀ ਲੈਂਦੀ ਹਾਸਿਲ ਕਰਾਂਗੇ ਕਿ ਆਖਰ ਇਹ ਟਰੱਸਟ ਚੱਲਦਾ ਕਿਵੇਂ ਹੈ, ਕੀ ਕੋਈ ਸਰਕਾਰ ਸਹਿਯੋਗ ਦਿੰਦੀ ਹੈ ਜਾਂ ਫਿਰ ਇਸ ਨੂੰ ਭੈਣ ਜੀ ਆਪਣੇ ਬਲਬੂਤੇ ਆਪਣੇ ਜਿੰਨੇ ਇਹਨਾਂ ਨੂੰ ਬੱਚਿਆਂ ਨੂੰ ਪ੍ਰੇਮ ਕਰਨ ਵਾਲੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਚਲਾ ਰਹੇ ਨੇ। ਤਾਂ ਭੈਣ ਜੀ ਦੇ ਨਾਲ ਪਹਿਲਾਂ ਫਤਿਹ ਸਾਂਝ ਪਾਉਂਦੇ ਜੀ, ਵਾਹਿਗੁਰੂ ਜੀ ਕਾ ਖਾਲਸਾ। ਭੈਣ ਜੀ ਮੈਂ ਦੇਖ ਰਿਹਾ ਛੋਟੇ ਛੋਟੇ ਬੱਚੇ ਔਰ ਬੜੀਆਂ ਸੋਹਣੀਆਂ ਦਸਤਾਰਾਂ ਸਿਰਾਂ ਦੇ ਉੱਤੇ ਸਜਾਈਆਂ ਹੋਈਆਂ ਨੇ, ਕਿਵੇਂ ਸ਼ੁਰੂਆਤ ਕੀਤੀ ਇਹਨਾਂ ਨੂੰ, ਇਹਨਾਂ ਦੇ ਕਹਿੰਦੇ ਮਾਪੇ ਛੱਡ ਕੇ ਚਲੇ ਗਏ? ਬਿਲਕੁਲ, ਇਹਨਾਂ ਵਿੱਚੋਂ ਕਾਫੀ ਸਾਰੀਆਂ ਬੱਚੀਆਂ ਨੇਗੀਆਂ ਜਿਨ੍ਹਾਂ ਨੂੰ ਸਿਰਫ ਇਸ ਕਰਕੇ ਉਹਨਾਂ ਦੇ ਮਾਪਿਆਂ ਨੇ ਛੱਡ ਦਿੱਤਾ ਕਿ ਉਹ ਧੀਆਂ ਨੇਗੀਆਂ, ਕਿਉਂਕਿ ਉਹ ਪੁੱਤਰ ਦੀ ਲਾਲਸਾ ਦੇ ਵਿੱਚ ਲੜਕੀ ਨੂੰ ਨਹੀਂ ਸੀ ਰੱਖਣਾ ਚਾਹੁੰਦੇ ਆਪਣੇ ਘਰਾਂ ਦੇ ਵਿੱਚ। ਤਾਂ ਇੱਕ ਇੱਕ ਦੋ ਦੋ ਦਿਨ ਦੀਆਂ ਕਾਫੀ ਸਾਰੀਆਂ ਬੱਚੀਆਂ ਜਿਹੜੀਆਂ ਨੇਗੀਆਂ ਉਹ ਇਸ ਫਲਵਾੜੀ ਦੇ ਵਿੱਚ ਵੱਡੀਆਂ ਹੋ ਰਹੀਆਂ ਨੇਗੀਆਂ। ਤੁਹਾਡੀ ਕਿਵੇਂ ਇਸ ਪਾਸੇ ਨੂੰ ਬੈਕਗਰਾਊਂਡ ਥੋੜ੍ਹੀ ਜਿਹੀ ਮੈਂ ਜਾਣਨੀ ਚਾਹੁੰਦਾ, ਉਹ ਬੈਕਗਰਾਊਂਡ ਮੈਨੂੰ ਲੱਗਦਾ ਸਿੱਧੀ 84 ਦੇ ਉਸ ਦੁਕਾਨ ਦੇ ਵੱਲ ਲੈ ਜਾਊਗੀ ਸਾਨੂੰ, ਉਹ ਜ਼ਰੂਰ ਅੱਜ ਸੰਗਤ ਦੇ ਨਾਲ। ਬਿਲਕੁਲ ਜੀ, 1989 ਨੂੰ ਮੈਂ ਸਿੱਖ ਸੰਘਰਸ਼ ਵਿੱਚ ਸ਼ਾਮਿਲ ਹੁੰਦੀ ਹਾਂ ਔਰ 1992 ਨੂੰ ਮੈਨੂੰ ਅਰੈਸਟ ਕਰ ਲਿਆ ਜਾਂਦਾ ਹੈਗਾ। 3.5-4 ਸਾਲ ਮੈਂ ਅੰਡਰਗਰਾਊਂਡ ਰਹਿ ਕੇ ਜੋ ਵੀ ਸੰਘਰਸ਼ ਵਿੱਚ ਯੋਗਦਾਨ ਸੀ ਉਹ ਪਾਇਆ। ਉਸ ਤੋਂ ਬਾਅਦ ਫਿਰ 1992 ਤੋਂ ਲੈ ਕੇ 1996 ਤੱਕ ਮੈਂ ਸੰਗਰੂਰ ਜੇਲ੍ਹ ਕੱਟੀ ਆ, ਕਾਫੀ ਸਾਰੇ ਜਿਹੜੇ ਕੇਸ ਸੀਗੇ ਉਹਨਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ। ਪਰ 1996 ਦੇ ਵਿੱਚ ਜਦੋਂ ਮੈਂ ਜੇਲ੍ਹ ਵਿੱਚੋਂ ਬਾਹਰ ਆਉਂਦੀ ਹਾਂ ਤਾਂ ਮਨ ਵਿੱਚ ਅਗਲਾ ਜਿਹੜਾ ਇਹੀ ਸੀਗਾ ਪ੍ਰੋਜੈਕਟ ਕਿ ਬਾਹਰ ਜਾ ਕੇ ਜਿਹੜੇ ਸ਼ਹੀਦ ਸਿੰਘ ਨੇਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ, ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਦਾ ਉਪਰਾਲਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਰਨਾ ਹੈ। ਕਿਵੇਂ, ਕਿੰਨੇ ਕੁ ਬੱਚਿਆਂ ਤੋਂ ਸ਼ੁਰੂਆਤ ਕੀਤੀ ਫਿਰ ਜਦੋਂ ਜੇਲ੍ਹ ਦੇ ਵਿੱਚ ਸੀਗੇ, ਜੇਲ੍ਹ ਤੋਂ ਵਿੱਚੋਂ ਮਨ ਬਣਾ ਲਿਆ ਵੀ ਬਾਹਰ ਜਾ ਕੇ ਜਿਹੜੇ 84 ਦੇ ਸ਼ਹੀਦਾਂ ਦੇ ਬੱਚੇ ਨੇ ਉਹਨਾਂ ਨੂੰ ਸੰਭਾਲਣਾ ਜਾ ਕੇ, ਫਿਰ ਕਿਵੇਂ? ਉਸ ਸਮੇਂ ਤਾਂ ਬੜਾ ਔਖਾ ਦੌਰ ਹੋਊਗਾ, ਉਸ ਸਮੇਂ ਵੀ ਬਾਹਰ ਆ ਕੇ ਫਾਈਨੈਂਸ਼ੀਅਲੀ ਤਾਂ ਲੋੜ ਪੈਂਦੀ? ਹਾਂ ਬਿਲਕੁਲ, ਉਹ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਦੌਰ ਸੀਗਾ, ਕਿਸੇ ਨੇ ਸਹਿਯੋਗ ਤਾਂ ਦੇਣਾ ਦੂਰ ਦੀ ਗੱਲ, ਕੋਈ ਨਾਮ ਹੀ ਲੈਣ ਨੂੰ ਤਿਆਰ ਨਹੀਂ ਸੀਗਾ। ਪੰਜਾਬ ਨੂੰ ਇੰਨਾ ਜ਼ਿਆਦਾ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ, ਇੰਨਾ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਸੀਗਾ ਵੀ ਕੋਈ ਨਾਮ ਹੀ ਨਹੀਂ ਸੀ ਲੈਂਦਾ ਹੈਗਾ। ਜਦੋਂ ਅਸੀਂ ਲੋਕਾਂ ਦੇ ਕੋਲ ਜਾਂਦੀਆਂ ਸੀ, ਕੁਛ ਬੀਬੀਆਂ ਇਕੱਠੀਆਂ ਹੋ ਕੇ ਜਿਹੜੇ ਵੀ ਮੋਹਤਬਰ ਸੀ ਜਾਂ ਕੋਈ ਸੰਤ ਬਾਬੇ ਸੀ, ਤਾਂ ਹਰ ਕੋਈ ਸਾਡੇ ਮੂੰਹ ਵੱਲ ਹੀ ਦੇਖਦਾ ਰਹਿ ਜਾਂਦਾ ਸੀ ਕਿ ਤੁਸੀਂ ਇੰਨਾ ਮੁਸ਼ਕਲ ਕੰਮ ਜਿਹੜਾ ਉਹਨੂੰ ਫਿਰ ਦੁਬਾਰੇ ਤੁਸੀਂ ਸ਼ੁਰੂ ਕਰ ਰਹੇ ਜੇ, ਬਹੁਤ ਔਖਾ ਹੈ, ਤੁਸੀਂ ਆਪਦੀ ਜ਼ਿੰਦਗੀ ਨੂੰ ਸੈੱਟ ਕਰੋ, ਤੁਸੀਂ ਇਸ ਤਰ੍ਹਾਂ ਕਰੋ। ਅਲੱਗ ਅਲੱਗ ਤਰ੍ਹਾਂ ਦੇ ਲੋਕ ਰਾਇ ਦਿੰਦੇ ਸੀਗੇ, ਪਰ ਕਿਸੇ ਇੱਕ ਨੇ ਵੀ ਨਹੀਂ ਕਿਹਾ ਹੈਗਾ ਕਿ ਨਹੀਂ ਇਹ ਬਹੁਤ ਵਧੀਆ ਉਪਰਾਲਾ ਹੈ, ਜਿਹੜੇ ਜੁਝਾਰੂ ਆਪਣੇ ਬੱਚਿਆਂ ਦੇ ਪ੍ਰਤੀ ਜਿਹੜੇ ਸੁਪਨੇ ਲਏ ਸੀ ਉਹ ਅਧੂਰੇ ਛੱਡ ਕੇ ਕੌਮ ਦੇ ਲਈ ਜਾਨਾਂ ਵਾਰ ਗਏ ਆ, ਤਾਂ ਇਹਨੂੰ ਇਸ ਚੀਜ਼ ਦੀ ਲੋੜ ਹੈਗੀ ਆ। ਇੱਕ ਵੀ ਕੋਈ ਇਹੋ ਜਿਹਾ ਇਨਸਾਨ ਨਹੀਂ ਮਿਲਿਆ ਜਿਹਨੇ ਸਾਡੀ ਹੌਸਲਾ ਅਫਜਾਈ ਕੀਤੀ ਹੋਏ, ਸਿਰਫ ਮੇਰੇ ਫਾਦਰ ਸਾਹਿਬ ਹੀ ਜਿਨ੍ਹਾਂ ਨੇ ਇਹ ਹੌਸਲਾ ਅਫਜਾਈ ਹਮੇਸ਼ਾ ਕਰਦੇ ਰਹੇ ਕਿ ਇਹ ਬਹੁਤ ਵਧੀਆ ਉਪਰਾਲਾ ਹੈ, ਇਹ ਸਮੇਂ ਦੀ ਲੋੜ ਵੀ ਆ, ਅਤੇ ਉਹਨਾਂ ਜੁਝਾਰੂਆਂ ਦੇ ਬੱਚਿਆਂ ਨੂੰ ਸੰਭਾਲਣਾ ਜਿਹੜਾ ਉਹ ਸਾਡੀ ਜ਼ਿੰਮੇਵਾਰੀ ਵੀ ਆ। ਇਸ ਤੋਂ ਇਲਾਵਾ ਕਿਸੇ ਨੇ ਵੀ ਨਹੀਂ ਸਾਡੀ ਹੌਸਲਾ ਅਫਜਾਈ ਕੀਤੀ ਹੈ। ਜੇਲ੍ਹ ਦੇ ਵਿੱਚ ਗਏ ਕਿਉਂ ਸੀਗੇ, ਮੁਕਾਬਲੇ ਕੀਤੇ ਉਦੋਂ, ਕੋਈ ਹੈ ਜ਼ਿਹਨ ਦੇ ਵਿੱਚ? ਜਦੋਂ ਸਰਕਾਰਾਂ ਦੇ ਖਿਲਾਫ ਬਗਾਵਤ ਕਰਾਂਗੇ ਤਾਂ ਫਿਰ ਜੇਲ੍ਹਾਂ ਠਾਣੇ, ਉਹ ਤਾਂ ਨੈਚੁਰਲੀ ਚੀਜ਼ਾਂ ਨੇਗੀਆਂ, ਉਹ ਤਾਂ ਹੋਣੀਆਂ ਸੀਗੀਆਂ। ਕਾਫੀ ਸਾਰੇ ਕੇਸ ਸੀਗੇ ਮੇਰੇ ਦੇ ਉੱਤੇ, ਟਾਡਾ ਦੀ ਮੇਰੇ ਖਿਆਲ ਕੋਈ ਵੀ ਅਜਿਹੀ ਧਾਰਾ ਨਹੀਂ ਬਚੀ ਹੋਏਗੀ ਜਿਸ ਨੂੰ ਮੈਂ ਆਪਣੇ ਪਿੰਡੇ 'ਤੇ ਨਹੀਂ ਹੰਢਾਇਆ ਹੈਗਾ।
बना दे केस तो लैके असला सप्लाई बंब ब्लास्ट एक्सपलोसिव एक्ट हर एक तरह की धारा जी है वो सरकार ने जी है वो मेरे ते लागू की मुकाबले भी किए। हाँ जी उन्होंने दिनों में जो साढ़े तीन चार साल अंडरग्राउंड रहे थे फिर नैचुरली मुकाबले भी होने से सब कुछ चलता रहा है। मापिया की जवान थी जिसके लिए परिवार देखता होगा भी ब्याह करना है जां उसका अगला जीवन कुछ होर सोचता है और तुसी उस लहर के नाल चल पैने हो उस समय परिवार का की रिएक्शन होता? बिल्कुल जदों मैं अपने माता जी ने अपने मन की गल दसी कि मैं इस तरह संघर्ष में शामिल होना है तो फिर नैचुरली आ कि नानकियां दादकियां दी मीटिंगां शुरू होईयां सारा कुछ होया सारिया ने मेरे नाल गलबात की। उस टाइम गोबिंद राम जिहड़ा सीगा वह एस एस पी सीगा बटाले एरिए दा तां मेरी मदर ने मैनू मेरे कल्ले कल्ले भरा दा वास्ता भी दिता होर भी बहुत कुछ हुंदा रहा पर बस मैं अटल रही अपने फैसले ते कि मैं संघर्ष विच ही शामिल होना है ते अपना बनदा योगदान पाउणा है। तां इक ना इक दिन मेरे माँ प्यो नूं भी फिर ये गल जिहड़ी आ मेरे फादर साहब नूं जदों लास्ट जदों साडियां गलबात हुंदी आ तां मैं अपने फादर साहब नूं इक्को ही गल कही सी कि इस टाइम जिहड़े कौम नूं सिरां दी लोड़ है ते कल्ले कल्ले मावां दे पुत शहादतां दे रहे ने तां तुहानूं रब ने छे धीआं दित्तियां नेगियां तां तुसीं अपनी इक धी जिहड़ी हैगी अपने हत्थी कौम नूं सौंप दिओ। तां फिर इस गल ते मेरे फादर साहब लाजवाब हो गए और उन्होंने मैनू मेरे माँ प्यो ने अपने हत्थी संघर्ष में तोड़ दिता। तीन साढ़े तीन साल संघर्ष किया उस लहर के रहे कदों फिर गिरफ्तारी होंगी फिर जेल के जो जाने हो उत्थे किस तरीके का तशद्दुद किस तरीके का? 21 जुलाई 1992 जी है मेरी रैसट होंगी हैगी और मैनू सीधा बटाले बीको दे विच लिजाया जाता हैगा। उस टाइम बहुत ज़्यादा पुलिस से भी बहुत ज़्यादा पर जिहड़ा हैगा प्रैशर सीगा तां मैनूं अगले दिन ही इन्होंने जेल दे विच भेज दिता। जेल विच तां जेल दा ते ना ही माड़ा हैगा तशद्दद तां कि उत्थों दा खाणा पीणा माहौल बहुत ज़्यादा जिहड़ा खराब हुंदा हैगा उस माहौल विच तुसीं इक धार्मिक इंसान नूं उस माहौल दे विच रहना बड़ा मुश्किल हुंदा हैगा वा गर्मी सर्दी मौसम बहुत ज़्यादा मुश्किलों का जिहड़ा उत्थे सामना करना पैंदा खाना बहुत बेकार मिलता किन्नियां किन्नियां मोटियां मोटियां सुंडियां जिहड़ियां ने दाल सब्जी दे विचों निकलदियां नेगियां जिहड़ियां कि तुहानूं जां तां तुहानूं भुखे रहना पएगा जां फिर तुहानूं अपने तरीके दे नाल जिहड़ियां हैगियां कुछ बाहरों जिहड़ियां हुण तां जेलां विच बाहरों बहुत घट कुछ कंटीनां बन गईआं ने तां उदों थोड़ा बहुता बाहरों चीज़ां जाण दिंदे सी। फिर कीता सी जदों जदों रिमांड ते बिल्कुल मैनू मैंटली टॉर्चर बहुत ज़्यादा करते रहे हैगे बहुत घंटिया बद्धी मेरी पुछ पड़ताल जिहड़ी हुंदी रही हैगी तो समय के नाल हर एक जुझारू नूं इन्हां चीज़ां दे विचों गुजरना ही पैंदा ते हर कोई गुजरदा भी उन्हां दे परिवारां नूं भी गुजरना पैंदा ते जुझारूआं नूं भी गुजरना पैंदा वो चीज़ां नॉर्मल नेगियां कोई खास नहीं हैगियां साडे लई। पंजी जदों फिर जेल तों बाहर आ गए तुसीं सोच पहलां लिया सीगा भी उन्हां बच्चियां दे लई ही जिंदगी अगली है उन्हां दे लेखे लाउणी है फिर शुरुआत दे विच जिहड़े 84-84 दे जिहड़े शहीद सीगे जां उन्हां परिवारां ने जिन्हां ने संदाप बनाया उन्हां दे बच्चियां तों शुरुआत कीती पढ़ाउण दी सांभण दी? हाँ जी बिल्कुल उन्हां दे डोर टू डोर जाके उन्हां बच्चियां नूं इकट्ठियां कीता तां जुझारू सिंघां दे बच्चियां तों ही शुरुआत कीती क्योंकि मेन निशाना ही उन्हां बच्चियां नूं बढ़ाउणा लिखाउणा सी ते उन्हां तों ही शुरुआत कीती। स्टार्टिंग विच 15-20 बच्चियां तों असीं जिहड़े हैगी आ शुरुआत कीती फिर हौली हौली बच्चे जिहड़े वधदे गए और हज़ारां दी गिणती दे विच जिहड़े हैगे आ जिहड़े खाड़कू सिंघां दे बच्चे हैगे आ उह साडे वल्लों पढ़ाए गए आ बहुत सारे बच्चे ट्रस्ट विच रख के पढ़ाए गए ने बहुत सारे बच्चे होस्टलां च रह के भी पढ़ाए ने गे घरां दे विच भी उन्हां बच्चियां दीआं फीसां दित्तियां गईआं ने गीआं घरां दे विच भी उन्हां बच्चियां दे खाड़कू सिंघां दे बच्चियां दे आनंद कारज लई संगत दे सहयोग दे नाल सपोर्ट कीती गई हैगी। अच्छा जदों उह सिलसिला चलदा रहा उस समय तक तो जिवें तुसीं दस्सदे हो बड़ा औखा दौर भी सीगा क्योंकि इस राह दे उत्ते जिहड़ा चलदा सीगा उहदे नाल खड़न लई अगला बंदा भी जिगरे वाला चाहीदा जिहने नाल सेवा भी निभाउणी है फिर भ्रूण हत्या का एक एक बड़ा संताप अज भी है साढ़े सूबे के उत्ते कह लिए देश दे विच हैगा उस पासे नूं तुहाडी नज़र गई उस पासे किवें फिर मन बनाया? सब तो पहला बच्ची अगम जोत जिहड़ी इस टाइम 10-11 सालों की हो गई है उसकी मदर जिहड़ी है उसने मैनूं दस्सिया कि मैं होस्पिटल आना है और मैं थोनों भी मिल के जावांगी तो मैं उन्होंने पूछा कि होस्पिटल कोई बीमार है जां किद्दां है फिर उन्हें मैनूं दस्सिया कि मैं इस तरह चैकअप करवाउणा हैगा अगर लड़की हुई तो असी नहीं रखनी हैगी
ਇਹ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਇੱਕਦਮ ਧੱਕਾ ਲੱਗਿਆ ਇਸ ਗੱਲ ਨੇ ਕਿ ਅਗਰ ਲੜਕੀ ਹੋਈ ਤਾਂ ਤੁਸੀਂ ਕੁੱਖ ਵਿੱਚ ਹੀ ਮਾਰ ਦੇਣੀ ਆ। ਤਾਂ ਮੈਂ ਫਿਰ ਉਸ ਨਾਲ ਗੱਲ ਕੀਤੀ ਕਿ ਤੁਸੀਂ ਇਹ ਕੰਮ ਨਾ ਕਰੋ, ਅਗਰ ਲੜਕੀ ਹੋਈ ਤਾਂ ਮੈਨੂੰ ਦੇ ਦੇਣੀ, ਲੜਕਾ ਹੋਇਆ ਤਾਂ ਤੁਸੀਂ ਰੱਖ ਲੈਣਾ। ਪਹਿਲਾਂ ਤਾਂ ਉਹ ਮੰਨੇ ਨਹੀਂ ਹੈਗੇ, 4-5 ਦਿਨ ਫਿਰ ਮੇਰੀ ਲਗਾਤਾਰ ਉਹਨਾਂ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਹੁੰਦੀ ਰਹੀ। ਫਿਰ ਇਸ ਗੱਲ ਹੀ ਐਗਰੀ ਹੋ ਗਈ ਕਿ ਠੀਕ ਹੈ, ਅਗਰ ਲੜਕੀ ਹੋਈ ਤਾਂ ਤੁਸੀਂ ਰੱਖ ਲੈਣੀ। ਔਰ ਉਹ ਫਿਰ ਪਹਿਲੀ ਬੱਚੀ ਸੀ ਜਿਹੜੀ ਭਰੂਣ ਹੱਤਿਆ ਤੋਂ ਜਿਹੜੀ ਬਚਾਈ ਗਈ ਸੀ। ਫਿਰ ਹੌਲੀ ਹੌਲੀ ਇਹ ਫਿਰ ਸਿਲਸਿਲਾ ਜਿਹੜਾ ਹੋਰ ਫਿਰ ਕਈ ਬੱਚੀਆਂ ਇਸੇ ਤਰ੍ਹਾਂ, ਫਿਰ ਲੋਕ ਆਪ ਵੀ ਮੇਰੇ ਕੋਲ ਜਿਵੇਂ ਹੋਸਪਿਟਲ ਦੀਆਂ ਨਰਸਾਂ ਜਾਂ ਹੋਰ ਲੋਕ ਫਿਰ ਮੇਰੇ ਕੋਲ ਆਪ ਵੀ ਛੱਡ ਜਾਂਦੇ। ਕਿੰਨੇ ਕੁ ਬੱਚਿਆਂ ਦੀ ਸ਼ੁਰੂਆਤ ਸੀਗੀ ਔਰ ਅੱਜ ਕਿੰਨੇ ਭੈਣਾਂ ਹੈਗੀਆਂ ਨੇ ਬੱਚੀਆਂ? ਸ਼ੁਰੂਆਤ 1996 ਵਿੱਚ 14-15 ਬੱਚਿਆਂ ਤੋਂ ਸ਼ੁਰੂਆਤ ਕੀਤੀ ਸੀ। ਅਤੇ ਇਸ ਟਾਈਮ ਸਾਡੇ ਕੋਲ ਜਿਹੜੀ ਜਗ੍ਹਾ ਹੈਗੀ ਹੈ ਉਹ 200 ਬੈੱਡ ਹੈਗਾ ਵਾ, ਔਰ 200 ਹੀ ਇਸ ਪਰਿਵਾਰ ਦੇ ਮੈਂਬਰ ਹੈਗੇ ਹਾਂ ਅਸੀਂ, ਹੋਰ ਸਾਡੇ ਕੋਲ ਜਗ੍ਹਾ ਨਹੀਂ ਹੈਗੀ। ਬਹੁਤ ਸਾਰੀਆਂ ਬੱਚੀਆਂ ਨੇਗੀਆਂ ਜਿਹੜੀਆਂ ਇਸ ਸੰਸਥਾ ਵਿੱਚ ਇੱਥੇ ਰਹਿ ਕੇ ਪੜ੍ਹਨਾ ਚਾਹੁੰਦੀਆਂ ਨੇ, ਪਰ ਅਸੀਂ ਜਿਹੜੇ ਹੈਗੇ ਹਾਂ ਉਹ ਨਹੀਂ, ਇੰਨੀ ਯੋਗਤਾ ਨਹੀਂ ਰੱਖਦੀ ਸੰਸਥਾ ਕਿ ਉਹਨਾਂ ਬੱਚਿਆਂ ਨੂੰ ਇੱਥੇ ਦਾਖਲਾ ਦਿੱਤਾ ਜਾ ਸਕੇ, ਕਿਉਂਕਿ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ, ਬੈੱਡ ਹੀ ਨਹੀਂ ਹੈਗੇ। ਬੈੱਡ ਦੇ ਨਾਲ ਨਾਲ ਬਾਕੀ ਵੀ ਬਾਥਰੂਮ ਹਰ ਇੱਕ ਚੀਜ਼ ਦਾ ਪ੍ਰਬੰਧ ਉਹ ਜਿਹੜਾ ਹੈਗਾ ਵਾ ਉਹ ਹੋਣਾ ਚਾਹੀਦਾ, ਪਰ ਸਾਡੇ ਕੋਲ ਜਗ੍ਹਾ ਬਹੁਤ ਥੋੜ੍ਹੀ ਜਗ੍ਹਾ ਹੈਗੀ। 1 ਕਿੱਲਾ ਵੀ ਜਗ੍ਹਾ ਨਹੀਂ ਪੂਰੀ ਬਣਦੀ ਜਿਹਦੇ ਉੱਤੇ ਅਸੀਂ ਇਹ 200 ਮੈਂਬਰ ਰਹਿ ਕੇ ਗੁਜ਼ਾਰਾ ਕਰ ਰਹੇ ਹੈਗੇ। ਕਿਸ ਤਰੀਕੇ ਦੇ ਨਾਲ ਸਕੂਲ ਵੀ ਚੱਲ ਰਿਹਾ, ਕਿੰਨੇ ਤੋਂ ਕਿੰਨਵੀਂ ਤੱਕ ਸਕੂਲ ਚੱਲ ਰਿਹਾ? ਔਰ ਫਿਰ ਸਕੂਲ ਦੇ ਵਿੱਚ ਡਿਵੈਲਪਮੈਂਟ, ਕਹਿੰਦੇ ਬੱਚੇ ਦੀ ਆਲ ਓਵਰ ਡਿਵੈਲਪਮੈਂਟ ਇੱਥੇ ਕਰਵਾਈ ਜਾਂਦੀ ਹੈ, ਚਾਹੇ ਉਹ ਧਾਰਮਿਕ ਪੱਖ ਤੋਂ ਹੋਵੇ ਚਾਹੇ ਉਹ ਅਕਾਦਮਿਕ ਪੱਖ ਤੋਂ ਹੋਵੇ, ਉਹ ਕਿਸ ਤਰੀਕੇ ਦੇ ਪ੍ਰਬੰਧ ਹੈਗੇ? ਬਿਲਕੁਲ, ਜਿਹੜਾ ਸਾਡਾ ਪੰਜਾਬ ਬੋਰਡ ਦਾ ਸਕੂਲ ਵੀ ਚੱਲ ਰਿਹਾ ਹੈਗਾ ਵਾ, ਅਤੇ ਸਾਰਾ ਜਿਹੜਾ ਸਟਾਫ ਹੈਗਾ ਵਾ MA BEd ਹੈਗਾ ਵਾ, ਬਹੁਤ ਵਧੀਆ ਪੜ੍ਹਿਆ ਲਿਖਿਆ ਸਟਾਫ ਹੈਗਾ ਵਾ। ਔਰ ਇਸੇ ਸਕੂਲ ਦੇ ਵਿੱਚ ਪੜ੍ਹ ਕੇ ਹੀ ਮੇਰੀ ਇੱਕ ਬੱਚੀ ਨੇ ਜਿਹੜੇ NEET ਦਾ ਟੈਸਟ ਜਿਹੜਾ ਉਹ ਕਲੀਅਰ ਕੀਤਾ ਹੈ, ਔਰ ਉਹਦਾ ਮੈਰਿਟ ਦੇ ਵਿੱਚ ਜਿਹੜਾ ਨੰਬਰ ਚੱਲ ਰਿਹਾ ਹੈਗਾ ਵਾ। ਅਤੇ ਗੁਰੂ ਮਹਾਰਾਜ ਕਿਰਪਾ ਕਰੇ ਕਿ ਜਲਦੀ ਹੀ ਸੰਗਤ ਨੂੰ ਖੁਸ਼ਖਬਰੀ ਦੇਵਾਂਗੇ ਕਿ MBBS ਦੇ ਵਿੱਚ ਉਹਨੂੰ ਸੀਟ ਮਿਲ ਜਾਵੇਗੀ। ਇਸ ਤੋਂ ਪਹਿਲਾਂ ਵੀ ਕੋਈ ਬੱਚੀ ਕਰ ਰਹੀ ਹੈ? ਇਸ ਤੋਂ ਪਹਿਲਾਂ ਵੀ ਇੱਕ ਬੱਚੀ ਨੇ ਲਾਸਟ ਈਅਰ ਜਿਹੜੀ MBBS ਕੀਤੀ ਹੈਗੀ ਆ, ਉਹ ਡਾਕਟਰ ਬਣ ਚੁੱਕੀ ਆ। ਇੱਥੇ ਰਹਿ ਕੇ ਇੱਥੇ ਪੜ੍ਹਾਈ ਕੀਤੀ? ਨਹੀਂ, ਉਹਨੇ MBBS ਜਿਹੜੀ ਹੈਗੀ ਜਲੰਧਰ ਕੀਤੀ ਹੈਗੀ, ਹੋਸਟਲ 'ਚ ਰਹਿ ਕੇ। ਮਤਲਬ ਬਚਪਨ ਉਹਦਾ ਜਾਂ ਜ਼ਿੰਦਗੀ ਕਹਿ ਲਈਏ, ਪਰ ਘਰ ਉਹਦਾ ਇਹੀ ਸੀਗਾ? ਨਹੀਂ, ਉਹ ਬੱਚੀ ਬਾਹਰੋਂ ਹੀ ਸੀਗੀ, ਉਸਦੇ ਫਾਦਰ ਨਹੀਂ ਸੀ ਹੈਗੇ। MBBS ਜਦੋਂ ਉਹਨੇ ਕਰਨੀ ਸੀ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਅਪਣਾਇਆ ਹੈਗਾ। ਹਾਂਜੀ, ਇਹ ਬੱਚੀ ਜਿਹੜੀ ਹੈਗੀ ਆ ਇਹ ਸ਼ੁਰੂ ਤੋਂ ਇੱਥੇ ਹੀ ਪੜ੍ਹ ਰਹੀ ਹੈਗੀ, ਜਿਹਨੇ ਹੁਣ NEET ਕਲੀਅਰ ਕੀਤਾ ਹੈਗਾ। ਹਾਂਜੀ, ਅੰਦਰ ਮੈਂ ਦੇਖ ਰਿਹਾ ਸੀਗਾ ਵੀ ਪ੍ਰੋਜੈਕਟ ਰੂਮ ਅਲੱਗ, ਉਹਦੇ ਉੱਤੇ ਧਾਰਮਿਕ ਫਿਲਮ ਦਿਖਾਈ ਜਾ ਰਹੀ ਹੈ ਬੱਚਿਆਂ ਨੂੰ, ਉਹ ਕਿਵੇਂ ਅੱਡ ਅੱਡ ਸੈਕਸ਼ਨਸ ਕੀ ਬੱਚੇ? ਹਾਂ ਬਿਲਕੁਲ, ਜਿਵੇਂ ਆਮ ਘਰਾਂ ਵਿੱਚ ਬੱਚਿਆਂ ਨੂੰ ਇੰਟਰਟੇਨਮੈਂਟ ਦੀ ਜ਼ਰੂਰਤ ਹੁੰਦੀ ਹੈ, ਇੱਥੇ ਵੀ ਬੱਚਿਆਂ ਨੂੰ ਇੰਟਰਟੇਨਮੈਂਟ ਦੀ ਲੋੜ ਹੁੰਦੀ ਆ। ਤਾਂ ਸੰਗਤਾਂ ਨੇ ਬੱਚਿਆਂ ਦੇ ਲਈ ਇੱਕ ਪ੍ਰੋਜੈਕਟਰ ਰੂਮ ਜਿਹੜਾ ਉਹ ਬਣਵਾ ਕੇ ਦਿੱਤਾ ਹੈਗਾ, ਔਰ ਸੰਡੇ ਵਾਲੇ ਦਿਨ ਅਸੀਂ ਕੋਈ ਨਾ ਕੋਈ ਬੱਚਿਆਂ ਨੂੰ ਜਿਹੜੀ ਧਾਰਮਿਕ ਫਿਲਮ ਵਗੈਰਾ ਉਹ ਦਿਖਾਈ ਜਾਂਦੀ ਹੈਗੀ ਹੈ। ਮਿਊਜ਼ਿਕ ਦੇ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਛੋਟੇ ਛੋਟੇ ਬੱਚੇ ਸੀ ਜਿਹੜੇ ਬਹੁਤ ਕੀਰਤਨ, ਤਾਂ ਚਲੋ ਗੁਰਬਾਣੀ ਤਾਂ ਉਹਦਾ ਤੱਕ ਆਪਾਂ ਸੋਹਣੇ ਜਾਂ ਉਹ ਤੱਕ ਸ਼ਬਦ ਵਰਤ ਹੀ ਨਹੀਂ ਸਕਦੇ, ਪਰ ਆਨੰਦ ਆ ਰਿਹਾ ਸੀਗਾ ਜਦੋਂ ਛੋਟੇ ਛੋਟੇ ਬੱਚੇ ਵੀ ਕੀਰਤਨ ਕਰਦੇ। ਬਿਲਕੁਲ ਜੀ, ਸਪੈਸ਼ਲ ਇੱਥੇ ਡੇਲੀ ਜਿਹੜੇ ਹੈਗੇ ਕੀਰਤਨ ਸਿਖਾਉਣ ਦੇ ਲਈ ਟੀਚਰ ਆਉਂਦੇ ਨੇ, ਤਬਲਾ ਵਾਦਕ ਵੀ ਆਉਂਦੇ ਨੇਗੇ, ਔਰ ਇਹ ਸਾਰੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ ਸਾਰੀਆਂ ਤਬਲਾ ਵੀ ਸਿੱਖਦੀਆਂ ਨੇ ਅਤੇ ਹਾਰਮੋਨੀਅਮ ਵੀ ਸਿੱਖਦੀਆਂ ਨੇ। ਜਿਵੇਂ ਆਪਾਂ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਬਹੁਤ ਮੈਨੇਜ ਕਰਨ ਦੇ ਲਈ ਤਾਂ ਇੱਕ ਪਾਸੇ ਤੁਸੀਂ ਆ ਵੀ ਜਗ੍ਹਾ ਦੀ ਬਹੁਤ ਸ਼ੋਰਟੇਜ ਹੈਗੀ ਹੈ, ਫਿਰ ਵੀ ਤਾਂ ਇਹਦੇ ਉੱਤੇ ਪੜ੍ਹਾਈ ਦੇ ਉੱਤੇ ਬੱਚਿਆਂ ਦੇ ਕੱਪੜੇ ਲੀੜੇ ਦੇ ਉੱਤੇ ਜਾਂ ਜੋ ਕੋਈ ਟੀਚਰ ਵੀ ਆਉਂਦਾ ਹੈ ਤਾਂ ਜਾਂ ਪ੍ਰੋਜੈਕਟ ਵੀ ਚੱਲ ਰਹੇ ਨੇ, ਬਿਜਲੀ ਦਾ ਬਿੱਲ ਵੀ ਆਉਂਦਾ, ਉਹ ਕਿਵੇਂ ਮੈਨੇਜ ਹੁੰਦਾ ਜੀ? ਸ਼ੁਰੂ ਵਿੱਚ ਪਹਿਲੇ ਜਿਹੜੇ ਆ 1-1.5 ਦਹਾਕਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਮੁਸ਼ਕਲਾਂ ਭਰਿਆ ਸੀਗਾ, ਬਹੁਤ ਮੁਸ਼ਕਲਾਂ ਦੇ ਨਾਲ ਸਭ ਕੁਝ ਮੈਨੇਜ ਕਰਨਾ ਪੈਂਦਾ ਸੀ। ਹੁਣ ਜਿਵੇਂ ਜਿਵੇਂ ਸਮਾਂ ਬੀਤ ਰਿਹਾ, ਸੰਗਤਾਂ ਨੂੰ ਇਸ ਸੰਸਥਾ ਦੇ ਬਾਰੇ ਪਤਾ ਲੱਗਦਾ, ਅਤੇ ਹੁਣ ਕਾਫੀ ਕੁਝ ਜਿਹੜਾ ਹੈਗਾ ਸੰਗਤਾਂ ਦੇ ਸਹਿਯੋਗ ਦੇ ਨਾਲ ਥੋੜ੍ਹਾ ਜ਼ਿੰਦਗੀ ਜਿਹੜੀ ਪਹਿਲਾਂ ਨਾਲੋਂ ਥੋੜ੍ਹੀ ਆਸਾਨ ਹੋਈ ਆ। ਲੇਕਿਨ ਹਜੇ ਵੀ ਜਿਵੇਂ ਕਿ ਪੜ੍ਹਾਈਆਂ ਦੇ +2 ਤੋਂ ਬਾਅਦ ਕਾਫੀ ਸਾਰੀਆਂ ਬੱਚੀਆਂ, ਜਿਵੇਂ ਮੇਰੀਆਂ 5-6 ਬੱਚੀਆਂ BSc ਨਰਸਿੰਗ ਕਰ ਰਹੀਆਂ ਨੇ, 1-1 ਬੱਚੀ ਦਾ 1.5-1.5 ਲੱਖ ਰੁਪਈਆ ਖਰਚਾ ਹੈ, ਕੁਝ ਬੱਚੀਆਂ ਜਿਵੇਂ ਲਾ ਕਰ ਰਹੀਆਂ ਨੇ ਉਹਨਾਂ ਦੀ ਵੀ ਫੀਸ 1 ਲੱਖ ਰੁਪਏ ਤੋਂ, ਕਾਫੀ ਜ਼ਿਆਦੀਆਂ +2 ਤੋਂ ਬਾਅਦ ਕਾਫੀ ਬੱਚੀਆਂ ਜਿਹੜੇ ਬਹੁਤ ਮਹਿੰਗੇ ਕੋਰਸ, ਪੜ੍ਹਾਈਆਂ ਬਹੁਤ ਜ਼ਿਆਦੀਆਂ ਮਹਿੰਗੀਆਂ ਨੇ, ਉਹ ਬੱਚੀਆਂ ਕਰ ਰਹੀਆਂ ਨੇ, ਸਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ। ਕਈ ਵਾਰੀ ਉਤਰਾਅ ਚੜ੍ਹਾਅ ਜ਼ਰੂਰ ਆਉਂਦੇ ਨੇ, ਉਹ ਘਰਾਂ ਵਿੱਚ ਵੀ ਹੁੰਦੇ ਨੇਗੇ, ਪਰ ਫਿਰ ਵੀ ਕੁੱਲ ਮਿਲਾ ਕੇ ਗੁਰੂ ਦੇ ਆਸਰੇ ਦੇ ਨਾਲ ਇਹ ਸੰਸਥਾ ਜਿਹੜੀ ਆ ਇਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਅੱਗੇ ਤੋਰ ਰਹੀ ਹੈ। ਹਾਂਜੀ, ਇੱਕ ਤਾਂ ਬਹੁਤ ਵੱਡਾ, ਬੜਾ ਮੈਂ ਕਹਿ ਸਕਦਾ ਵੀ ਬੜਾ ਵੱਡਾ ਕੰਮ ਹੈ ਆਪਣੇ ਆਪ ਦੇ ਵਿੱਚ, ਵੀ ਛੋਟੀ ਬੱਚੀ ਨੂੰ 1 ਦਿਨ ਦੀ ਬੱਚੀ ਨੂੰ ਲਿਆ ਕੇ ਇੱਥੇ ਪਾਲਿਆ ਜਾਂਦਾ, ਫਿਰ ਉਸਨੂੰ ਪੜ੍ਹਾਇਆ ਵੀ ਜਾਂਦਾ, ਫਿਰ ਉਮਰ ਵੀ ਵੱਧਦੀ ਹੈ ਤਾਂ ਉਹਦੇ ਨਾਲ ਇੱਕ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਵਿਆਹ ਦੀ, ਜੇ ਸੁਭਾਵਿਕ ਤੌਰ ਦੇ ਉੱਤੇ ਧੀਆਂ ਬਣਾਈਆਂ ਨੇ ਤਾਂ ਜ਼ਿੰਮੇਵਾਰੀ ਵੀ ਸਾਰੀ ਤੁਹਾਡੇ ਉੱਤੇ, ਕਿਉਂਕਿ ਜੇ ਕੋਈ ਹੈ ਨਹੀਂ ਸਾਹਮਣ ਵਾਲਾ ਬਚਪਨ ਤੋਂ ਹੀ ਛੱਡ ਗਿਆ ਕੋਈ, ਤਾਂ ਫਿਰ ਉਹ ਕਿਵੇਂ ਸਾਰਾ ਕੁਝ ਕੀਤਾ ਜਾਂਦਾ? ਬਿਲਕੁਲ, ਇਹਨਾਂ ਦੇ ਵਿਆਹ ਵੀ ਜਿਹੜੇ ਹੈਗੇ ਆ ਬੱਚੀਆਂ ਦੇ ਇੱਥੇ ਹੀ ਕੀਤੇ ਜਾਂਦੇ ਨੇਗੇ,
जिस तरह माँ प्यो नूं एक चिंता हुंदी आ बच्चे दे विआह दे बारे हर एक तरह की, इस तरह मैं भी वह सारिया चीज़ों फेस करती हैगी हाँ। तो इस तरह समय समय के नाल चलो गुरु महाराज की कृपा के नाल हुण तक जिन्नियां भी भाई धर्म सिंह खालसा चैरिटेबल ट्रस्ट दियां बच्चियां नेगियां जिन्हां दे आनंद कारज होए ने सारियां ही अपने घरां दे विच बहुत वधिया तरीके दे नाल जिंदगी जी रही ने, और गुरु की कृपा दे नाल जिन्ने भी सानू परिवार मिले ने जां इह कह लो कि असीं उन्हां परिवारां दी ही चोण करदे हाँ जिहड़े गुरु दे नेड़े हुंदे आ और दाज दहेज तो उपर उठ के लालच तो उपर उठ के जिहड़े आ उह इन्हां धीआं नूं अपनाउंदे ने, ते हुण तक उह बहुत वधिया जिंदगी जिहड़ी उह लड़कियां जी रहियां ने। चंगे परिवार जिवें सीधे शब्दां दे विच किसे ने समझणा वी होवे वी, क्योंकि कई वार बंदे दे मन दे विच आउंदा वी शायद वी कितें हल्के घर भी ब्याह देंदे होणगे, पर तुसीं कहा भी चोण बड़े सारे पक्ष देखे जाते हैं, बच्चा पढ़िया लिखिया अगला किस तरीके का परिवार है, कोई परिवार के कोई इदा का जीन हो तंग परेशान करने वाला तो सारिया चीज़ा काउंट कर दो वधिया वधिया घर। बिल्कुल जी बहुत ही वधिया, खास तौर पर मैं एन आर आई वीर भैणा का बहुत ज़्यादा धन्यवाद करती हाँ जिन्होंने इन इस संस्था दिया बच्चियों अपनाते हैं, और वो पहला ही कह देंगे ने कि असी साडा बच्चा जवान हो रहा तो असी इस संस्था के ही जी गुरसिख बच्ची हैगी आनंद कार्ज करा, ये बहुत साढ़े लिए खुशकिस्मती वाली गल हैगी कि एन आर ए वीर भरा जोड़े है आप आ के इतने बच्चों के अपने बच्चों के आनंद कार्ज जी इन्होंने बच्चियों की चोण करते हैं, और बहुत वधिया तरीके बच्चों माण सत्कार दिता जाता है, तो बहुत साधे तरीके दे नाल कई तो यहोजे भी परिवार ने एन आर आई परिवार ने जिहड़े टाटां दे उत्ते लंगर प्रशादा छक के ते इस इन्हां दी बच्चियां नूं जिहड़ा उन्हां ने अपनाया है, तो बहुत इज्जत माण दे नाल अपने घरां दे विच उन्हां उन्हां बच्चियां नूं रखिया होया। जी तुसीं तां सारा प्रबंध कर रहे हो, बहुत सारा सहयोग संगत दे रही है, चाहे पंजाब च बैठी है, पंजाब तों बाहर बैठी है, चाहे विदेशां च बैठी है, सरकार दे पक्खों गल करां सरकार दा भी नंबर चलो मैं कहिंदा वी बाद च आउंदा है, उस तों पहलां सिख जथेबंदियां जां धार्मिक संस्थावां जिहड़ियां हैगियां ने जिन्हां कोल वाकई पावर हैगी है जां वाकई फाइनैंशियली तौर पर इन्नियां स्ट्रोंग हैगियां ने भी जिहड़ियां खास तौर दे उत्ते उहनां बच्चियां दी सार लैण जिन्हां दा कोई वी नहीं अगे पिछे कोई आउंदा अगे मदद करने दा। बिल्कुल जी, ना तो दिल्ली कमेटी ने कोई साड़ी हैल्प की है, तो ना ही श्रोमणी कमेटी वालों अप्रोच करन दे बावजूद भी इन्हां दोनों कमेटियां जिहड़ियां कि सरमोर नेगियां सब तो वड्डियां जिहड़ियां नेगियां पहले नंबर ते श्रोमणी कमेटी जिहड़ी हैगी आ वह आउंदी हैगी जां दिल्ली कमेटी आउंदी, दोनों कमेटियां दे वल्लों सानू बिल्कुल कोरा जवाब दिता गया है, तो उन्होंने साड़ियां एप्लीकेशन रिजैक्ट कर दित्तियां ने, कोई भी हैल्प जिहड़ी आ उह इस संस्था की नहीं की गई है। कारण दसदे ने कुछ भी क्यों नहीं कर सकते मदद? देखो जी कारण तो नहीं अगले दसते है, साडा असी एक मैगजीन कढ़ते हैं वंगार मैगजीन वो उत्ते जो भी सच हों साडी कौम दे नाल लिखण की कोशिश की जाती है, तो शायद उन्होंने मन में है कि सच लिखते हैं, तो सच का भुगतान तो करना ही पैंदा, सच कड़वा भी हुंदा है। जिवें तुसीं कहा भी कोई बी एस सी नर्सिंग कर रही है, कोई किसी कॉलेज दे विच पढ़ रही है, इन्हां बच्चियां नूं कोई कंसेशन मिलता फीस दे विच भी, जां फिर बाकी आम बच्चे जिहड़े घरां दे विचों जांदे ने पढ़न उन्हां दे बराबर ही फीसां दित्तियां? नहीं जी बिल्कुल, इन्हां बच्चियां दीआं फीसां दूजे बच्चियां दे बराबर ही स्कूलां कालजां वाले लैंदे, कोई ज़्यादा कंसेशन नहीं हुंदा हैगा। जिमें कि खालसा कॉलेज भी मेरिया बच्चिया पढ़दियाँ, असी प्रिंसीपल नूं भी मिले सीगे कि सानू कोई स्पैशल कंसैशन दिता जाए, पर कोई स्पैशल कंसैशन नहीं हैगा सिवाए 5-7 हज़ार तो अलावा तो कोई कंसैशन नहीं दिता, किसी तरीके की कोई मदद नहीं? बिल्कुल जी कोई भी हैल्प नहीं की जाती हैगी, टोटल फीसा जिहड़ियां वो असी भरते हैं जिमें आम बच्चे भरते हैं। दौर 84 का दौर तुसीं ना सिर्फ देखिया उन्हें पिंड ते हंडाया भी, उस लहर का हिस्सा भी रहे, पर अज फिर उस चीज़ में जो देखते हो तो अज जो बाहर जिहड़ियां जथेबंदियां जां संस्थावां अज कहिंदियां ने जी असी उन्हां दे वारस हैं, असी अगे उन्हां दीआं यादां संभाल रहे हैं, तो फिर दुख आउंदा भी असल दे विच कोई जदों नेड़े नहीं आउंदा? नहीं बिल्कुल कोई दुख नहीं आउंदा हैगा, क्योंकि टेक ही अकाल पुरख के उपर हैगी, उस रब के उपर टेक है, तो उहदे कोलों ही मंगीदा हैगा वा, होर किसी के उत्ते ना आस रखी आ, ना किसी ते गिला है, ना किसी ते शिकवा है, ये अकाल पुरख की कृपा दे नाल ही ये अदायरा जिहड़ा अगे वध रहा, तो इन्हां बच्चियां की परवरिश हो रही है, इसलिए किसी ते कोई गिला शिकवा नहीं है। कदी अड़दा कदी इदां दा नौबत आउंदियां फीसां अड़ जाण? मन तो चिंता तो होंगी है जो बच्चियां तुहाडियां ने किसी की फीस एट अ टाइम दफ्तरों कॉलेज तो सुने आ गया, कदी हुंदा इदां दी मुसीबत? कदी कदी हो जाता जिमें गर्मियों के थोड़ा जहा योजा टाइम आता है कि संगत थोड़ी घट जाती हैगी आनी जानी, सर्दियों के थोड़ी संगत बढ़ जाती हैगी, कदी कदी आ पर ज़्यादातर गुरु महाराज की कृपा दे नाल सारा हो ही जाता, जिमें हुण बच्ची दी नीट दी जिहड़ी हैगी क्लीयर हो गया मैरिट विच ना आ गया है, पर
एक दिन दे विच हुण पता नहीं किन्ने लख फीस जिहड़ी उह भरनी पएगी तां कदी कदी मन विच थोड़ा जिहा हुंदा है ते पर मैनूं इह कि पहलां सानूं सीट मिल जाए फिर ही संगत नूं बेनती करांगे ते गुरु महाराज आपे सारा कुछ संभाल लैंदा। अज एक नंबर जरूर सांझा करियो अपना, आप ही हो सकदा संगत तुहानूं देख रही अमेरिका कैनेडा दे विच उह संपर्क तां घट्टो घट्ट पुछ तां लवे भी इत्थे वाकई जो काम चल रहे ने जां उहदे विच की कमी है जां सरकारां किस तरीके नाल देखदियां। बिल्कुल, मेरा जिहड़ा टैलीफोन नंबर है 98558-0393 हैगा वा ते मैं चाहुंदी हाँ कि जिहड़े जिवें हुण मेरी बच्ची नूं MBBS विच सीट मिल जाणी, शायद 1-2 तरीक तक काउंसलिंग असीं भरी हुई आ, क्लीयर हो जाएगा तां पता नहीं 4 लख जां 5 लख किन्ना भरना पैणा उह तां बाद विच पता लगना है। ते मैं चाहुंदी हाँ कि जिवें संगत पहलां साथ दिंदी रही हैगी आ इस तरह उस बच्ची नूं भी MBBS करवाउण दे विच साथ देवे ਤਾਂ ਕਿ ਸਾਡੀ ਕੌਮ ਨੂੰ ਬਹੁਤ ਲੋੜ ਹੈ ਡਾਕਟਰਾਂ ਦੀ, ਇੰਜੀਨੀਅਰਾਂ ਦੀ, ਜੱਜਾਂ ਦੀ, ਤਾਂ ਕਿ ਉੱਚ ਅਹੁਦਿਆਂ 'ਤੇ ਸਾਡੇ ਸਿੱਖ ਬੱਚੇ ਜਿਹੜੇ ਉਹ ਪਹੁੰਚ ਕੇ ਸਾਡੀ ਕੌਮ ਦਾ ਨਾਂ, ਪੰਜਾਬ ਦਾ ਨਾਂ, ਦੇਸ਼ ਦਾ ਨਾਂ ਜਿਹੜਾ ਉਹ ਰੋਸ਼ਨ ਕਰਨ। ਇਹ ਬੱਚੀ ਦੀ ਤੁਹਾਡੀ ਬੈਕਗਰਾਊਂਡ ਦੱਸ ਸਕਦੇ ਹੋ, ਬੱਚੀ ਕਿਵੇਂ ਕਦੋਂ ਆਈ ਸੀ ਇੱਥੇ ਔਰ ਕੀ ਪਿਛਲਾ ਪਿਛੋਕੜ? ਹਾਂ, ਇਹ ਬੱਚੀ ਨੂੰ 8-10 ਸਾਲ ਹੋ ਗਏ ਇੱਥੇ ਆਈ ਨੂੰ, ਇਹਦੇ ਫਾਦਰ ਦੀ ਜਿਹੜੀ ਉਹ ਡੈਥ ਹੋ ਗਈ ਆ ਅਤੇ ਬਹੁਤ ਗਰੀਬ ਪਰਿਵਾਰ ਤੋਂ ਹੈਗੀ ਆ ਅਤੇ ਇਹ ਬੱਚੀ ਇੱਥੇ ਲਗਾਤਾਰ ਪੜ੍ਹ ਰਹੀ ਹੈਗੀ ਆ। ਭੈਣ ਜੀ, ਜਦੋਂ ਅੱਜ ਸੇਵਾਵਾਂ ਚੱਲ ਰਹੀਆਂ ਨੇ, ਸਾਰਾ ਕੁਛ ਕਈ ਸਾਲ ਲੰਘ ਗਏ ਇੱਥੇ ਇਸ ਘਰ ਦੇ ਵਿੱਚ, ਸਾਰੀਆਂ ਬੱਚੀਆਂ ਦਾ ਘਰ ਹੈ, ਤੁਹਾਡੇ ਪ੍ਰਤੀ ਇੱਕ ਤੁਹਾਡਾ ਉਹ ਤੁਹਾਡੀ ਪ੍ਰਤੀ ਲੋਕਾਂ ਦੀ ਸੋਚ ਸੀ ਜਦੋਂ 84 ਦੇ ਵਿੱਚ ਜਾਂ ਤੁਸੀਂ 3.5 ਸਾਲ ਸੰਘਰਸ਼ ਕੀਤਾ, ਜੇਲ੍ਹ 'ਚ ਰਹੇ, ਟਾੜਾ ਲੱਗੀ, ਜੇਲ੍ਹ ਤੋਂ ਬਾਹਰ ਆਏ, ਅੱਜ ਉਹ ਨਜ਼ਰੀਆ ਪਹਿਲਾਂ ਕੀ ਸੀ ਔਰ ਅੱਜ ਉਹ ਨਜ਼ਰੀਆ ਕੀ ਹੈਗਾ ਲੋਕਾਂ ਦਾ ਗੱਲ ਕਰਾਂ? ਬਿਲਕੁਲ, ਲੋਕਾਂ ਦਾ ਨਜ਼ਰੀਆ ਜਿਹੜਾ ਸ਼ੁਰੂ ਤੋਂ ਹੀ ਹੈ ਬੜਾ ਮਾਣ ਸਤਿਕਾਰ ਵਾਲਾ ਰਿਹਾ ਹੈ। ਬੇਸ਼ੱਕ ਬੜੀ ਦਹਿਸ਼ਤ ਦੇ ਹੇਠਾਂ ਵੀ ਲੋਕ ਰਹੇ ਨੇ 96-97 ਦੇ ਵਿੱਚ, ਪਰ ਲੋਕਾਂ ਨੇ ਹਮੇਸ਼ਾ ਪਿਆਰ ਦਿੱਤਾ ਹੈ, ਮਾਣ ਦਿੱਤਾ ਹੈ, ਸਤਿਕਾਰ ਦਿੱਤਾ ਹੈ ਅਤੇ ਅੱਜ ਵੀ ਉਹੀ ਨਜ਼ਰੀਆ ਹੈਗਾ ਪਿਆਰ ਮਾਣ ਸਤਿਕਾਰ ਵਾਲਾ। ਪਹਿਲਾਂ ਡਰਦੇ ਤਾਂ ਨਹੀਂ ਸੀਗੇ ਲੋਕ ਜਦੋਂ ਇੱਕ ਟਾਈਮ ਖਾੜਕੂਵਾਦ ਦਾ ਦੌਰ, ਖਾੜਕੂ ਸਿੰਘਾਂ ਦੇ ਨਾਲ ਜੀਵਨ ਸਾਥੀ ਵੀ ਤੁਹਾਡੇ ਸਿੰਘ ਸੀਗੇ, ਤਾਂ ਉਦੋਂ ਕੁਛ ਨਜ਼ਰੀਆ ਹੋਰ ਸੀਗਾ? ਬਿਲਕੁਲ, ਦਹਿਸ਼ਤ ਤਾਂ ਸੀਗੀ ਲੋਕਾਂ ਦੇ ਮਨਾਂ ਵਿੱਚ, ਫਿਰ ਵੀ ਮੈਂ ਹੈਰਾਨ ਸੀ ਕਿ ਇਹ ਲੋਕਾਂ ਦੇ ਮਨ ਵਿੱਚ ਡਰ ਦੇ ਨਾਲ ਨਾਲ ਇਹ ਇੱਥੋਂ ਤੱਕ ਪਹੁੰਚੇ ਤਾਂ ਹੈਗੇ ਆ ਨਾ। ਜਦੋਂ ਕੋਈ ਆਉਂਦਾ ਸੀ ਤਾਂ ਬੜਾ ਮੇਰਾ ਮਨ ਭਾਵਕ ਹੋ ਜਾਂਦਾ ਸੀ, ਮਨ ਵਿੱਚ ਉਹਨਾਂ ਦੇ ਪ੍ਰਤੀ ਬੜਾ ਮਾਣ ਅਤੇ ਸਤਿਕਾਰ ਫੀਲ ਹੁੰਦਾ ਸੀਗਾ ਕਿ ਇੰਨੇ ਸਹਿਮ ਦੇ ਮਾਹੌਲ ਵਿੱਚ ਵੀ ਇਹ ਲੋਕ ਅਪਰੋਚ ਕਰਨ ਲਈ, ਇਹਨਾਂ ਬੱਚਿਆਂ ਨੂੰ ਸਪੋਰਟ ਕਰਨ ਲਈ ਪਹੁੰਚ ਰਹੇ ਨੇਗੇ, ਤਾਂ ਮਨ ਬੜਾ ਕਈ ਵਾਰੀ ਭਾਵਕ ਹੋ ਜਾਂਦਾ ਸੀਗਾ। ਖੁਸ਼ੀ ਮਹਿਸੂਸ ਕਰਦੇ ਹੋ ਅੱਜ ਜੀਵਨ ਵਾਕਿਆ ਅਸਲ ਦੇ ਵਿੱਚ ਜੋ ਜੀਵਨ ਇਹੀ ਹੈ? ਹਜੇ ਬਹੁਤ ਕੁਛ ਕਰਨਾ ਬਾਕੀ ਹੈਗਾ ਵਾ। ਇਸ ਸੰਸਥਾ ਨੂੰ ਮੈਂ ਬਹੁਤ ਵੱਡੇ ਪੱਧਰ ਤੱਕ ਸੰਗਤਾਂ ਦੇ ਸਹਿਯੋਗ ਨਾਲ ਲਿਜਾਣਾ ਚਾਹੁੰਦੀ ਹਾਂ। ਹਜੇ ਲੱਗਦਾ ਕਿ ਹਜੇ ਕੁਛ ਵੀ ਨਹੀਂ ਕੀਤਾ ਹੈਗਾ, ਕਹਿੰਦੇ ਨਾ ਗੋੜੇ ਵਿੱਚੋਂ ਬਸ ਬੂਣੀ ਕੱਤੀ ਹੈਗੀ ਆ। ਹਜੇ ਇਸ ਸੰਸਥਾ ਨੂੰ ਬਹੁਤ ਸਾਰੀਆਂ ਲੋੜਾਂ ਨੇ। ਇੱਕ ਕਮ ਸੇ ਕਮ ਜਦੋਂ ਤੱਕ ਇਸ ਸੰਸਥਾ ਦੇ ਕੋਲ 1 ਸਾਲ ਤੱਕ ਦਾ ਜਿਹੜਾ ਬੈਲੈਂਸ ਹੋਣਾ ਚਾਹੀਦਾ ਹੈਗਾ ਕਿ ਜਿਵੇਂ ਪਿੱਛੇ ਜੇ ਕਰੋਨਾ ਦੀ ਆਫਤ ਆ ਗਈ ਸੀ, ਅਗਲੇ ਸਮੇਂ 'ਚ ਵੀ ਕੋਈ ਇਵੇਂ ਦੀ ਆਫਤ ਆ ਜਾਵੇ ਤਾਂ ਕਮ ਸੇ ਕਮ ਸੰਸਥਾ ਜਿਹੜੀ ਆ ਫਾਈਨੈਂਸ਼ਲੀ ਇੰਨੀ ਸਟਰੋਂਗ ਹੋਣੀ ਚਾਹੀਦੀ ਹੈਗੀ ਆ ਕਿ ਉਹਨੂੰ ਬਿਨਾਂ ਕੋਈ ਡੋਨੇਸ਼ਨ ਆਏ ਸਾਲ 2 ਸਾਲ ਜਿਹੜੇ ਉਹਦੇ ਇਸ ਤਰ੍ਹਾਂ ਹੀ ਲੰਘ ਜਾਣ। ਉਸ ਸਟੇਜ ਤੱਕ ਇਸ ਸੰਸਥਾ ਨੂੰ ਪਹੁੰਚਾਉਣਾ ਚਾਹੁੰਦੀ ਹਾਂ। ਬਹੁਤ ਕੁਛ ਕਰਨਾ ਬਾਕੀ ਹੈ, ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਇੱਥੇ ਦਾਖਲਾ ਲੈਣਾ ਚਾਹੁੰਦੀਆਂ ਪਰ ਜਗ੍ਹਾ ਦੀ ਘਾਟ ਕਾਰਨ ਜਾਂ ਹੋਰ ਮਜਬੂਰੀਆਂ ਕਾਰਨ ਉਹਨਾਂ ਨੂੰ ਦਾਖਲਾ ਨਹੀਂ ਦੇ ਪਾਈ ਦਾ, ਅਤੇ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ। ਜਦੋਂ ਉਸ ਸਟੇਜ ਤੱਕ ਇਹ ਸੰਸਥਾ ਪਹੁੰਚ ਗਈ, ਇਸ ਦਾ ਦਾਇਰਾ ਇੰਨਾ ਖੁੱਲ੍ਹਾ ਹੋ ਗਿਆ, ਇੰਨੀ ਜਗ੍ਹਾ, ਇੰਨੀ ਵੱਡੀ ਬਿਲਡਿੰਗ ਹੋ ਗਈ, ਤਾਂ ਫਿਰ ਲੱਗੇਗਾ ਕਿ ਕੁਛ ਕਰ ਲਿਆ ਹੈ। ਅੱਛਾ, ਇੱਕ ਮੈਸੇਜ ਮੈਂ ਕਹਿੰਦਾ ਉਹਨਾਂ ਨੂੰ ਜ਼ਰੂਰ ਦਿਓ ਜਿਹੜੇ ਧੀਆਂ ਨੂੰ ਬੋਝ ਸਮਝ ਜਾਂਦੇ ਨੇ, ਜਾਂ ਫਿਰ ਉਹੀ ਗੱਲ ਕਿ ਅਸੀਂ ਧੀ ਜੰਮਣ ਤੋਂ ਡਰਦੇ ਨੇ ਔਰ ਕੁੱਖ 'ਚ ਕਤਲ ਕਰਦੇ। ਬਿਲਕੁਲ, ਮੈਂ ਪਹਿਲਾਂ ਵੀ ਇਹੀ ਸਮਾਜ ਨੂੰ ਸੁਨੇਹ ਦਿੰਦੀ ਹਾਂ ਕਿ ਮਾਪੇ ਬਣੋ, ਕਾਤਲ ਨਾ ਬਣੋ। ਧੀਆਂ ਦੀ ਆਪਣੀ ਕਿਸਮਤ ਹੁੰਦੀ ਆ, ਜਿਹੜਾ ਵੀ ਬੱਚਾ ਇਸ ਦੁਨੀਆ 'ਤੇ ਆਉਂਦਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ, ਕਿਸੇ ਦੀ ਕਿਸਮਤ ਦਾ ਕਿਸੇ ਨੇ ਨਹੀਂ ਖਾਣਾ ਹੁੰਦਾ, ਹਰ ਇੱਕ ਦੇ ਭਾਗ ਆਪਣੇ ਆਪਣੇ ਹੁੰਦੇ ਆ। ਇਸ ਕਰਕੇ ਧੀਆਂ ਨੂੰ ਜਨਮ ਜ਼ਰੂਰ ਦੇਵੋ, ਕੁੱਖਾਂ 'ਚ ਨਾ ਖਤਮ ਕਰੋ। ਅਗਰ ਘਰ ਵਿੱਚ ਧੀਆਂ ਨਹੀਂ ਪੈਦਾ ਕਰੋਗੇ ਤਾਂ ਨੌਹਾਂ ਕਿੱਥੋਂ ਲੈ ਕੇ ਆਓਗੇ? ਠੀਕ ਹੈ ਭੈਣ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਫਤਿਹ ਸਾਂਝ ਪੰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀਗੇ ਭੈਣ ਜੀ ਸੰਦੀਪ ਕੌਰ, ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਨੇ ਔਰ ਪਿਛਲੇ ਕਈ ਸਾਲਾਂ ਤੋਂ ਇਸ ਟਰੱਸਟ ਨੂੰ ਚਲਾ ਰਹੇ ਨੇ। ਔਰ ਇਸ ਟਰੱਸਟ ਦੇ ਵਿੱਚ ਇੱਕ ਤਾਂ ਜਿਹੜੇ 84 ਦੇ ਸ਼ਹੀਦ ਹੋਏ ਨੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ, ਔਰ ਇਸ ਤੋਂ ਇਲਾਵਾ ਜਿਹੜੇ ਲੋਕ ਭਰੂਣ ਹੱਤਿਆ ਦੇ ਰਾਹ 'ਤੇ ਤੁਰਦੇ ਹੁੰਦੇ ਨੇ ਉਹਨਾਂ ਨੂੰ ਰਾਹ ਤੋਂ ਰੋਕ ਕੇ ਉਹਨਾਂ ਦੀਆਂ ਬੱਚੀਆਂ ਨੂੰ
पहले पहले दिन दे विच ही अडोप्ट कर लिया जाता, फिर उन्होंने चंगी सिक्ख्या दे नाल नाल अध्यात्मक सिक्ख्या दे नाल नाल उन्होंने कंपीटिटिव एग्जाम की तैयारी करवाई जाती है। और इतों दियाँ पढ़िया बच्चिया MBBS भी कर चुकिया ने, जबकि हाल ही दे विच एक बच्ची दे वल्लों नीट का पेपर क्लीयर किया। पर दूसरे पासे दुखांत यह है कि ना तो अज तक इस ट्रस्ट की किसी सरकार ने सार ली है, तो ना ही SGPC ने। तो सारा इस ट्रस्ट का प्रबंध संगत के सहयोग न चल रहा है। तो बीबी का नंबर भी थोड़े साझा किया भैन जी का, तुम उस नंबर के उत्ते इस ट्रस्ट के बारे होर जानकारी भी लै सकते हो, इन्हां नाल संपर्क भी कर सकते हो। फिलहाल मैनू दे इजाजत, धन्यवाद।